स्वागत है दोस्तों तुहाडा अपने यूट्यूब चैनल झज एग्रीकल्चर ते। जिवें कि दोस्तों पहला आपां झोने संबंधी वीडियो लैके आए सी, अज दी वीडियो अपनी बासमती झोने संबंधी आ वी बासमती झोने नूं आपां नसार आउण तों पहलां कि डोज दवाई की दे दी है तां कि उहदे विच ताकत वालियां ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਐਡ ਕਰ ਸਕਦੇ ਹਾਂ। ਅਤੇ ਅੱਜ ਦੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਆਪਾਂ ਬਾਸਮਤੀ ਝੋਨੇ ਨੂੰ ਕਿਹੜੀਆਂ ਕਿਹੜੀਆਂ ਸਪਰੇਹਾਂ ਕਰਨੀਆਂ ਨੇ, ਕਿਹੜੇ ਕਿਹੜੇ ਤਾਕਤ ਵਾਲੀਆਂ ਚੀਜ਼ਾਂ ਪਾਉਣੀਆਂ ਨੇ, ਉਹ ਸਾਰੀਆਂ ਆਪਾਂ ਅੱਜ ਦੀ ਵੀਡੀਓ ਵਿੱਚ ਦੱਸ ਦੇਵਾਂਗੇ। ਦੋਸਤੋ ਪੰਜਾਬ ਦੇ ਵਿੱਚ ਨਵਾਂ ਬਾਸਮਤੀ ਝੋਨਾ ਆ ਚੁੱਕਿਆ, ਅੰਮ੍ਰਿਤਸਰ ਦੇ ਨਜ਼ਦੀਕ ਵਾਢੀ ਹੋਈ ਸੀ ਅਤੇ ਉਹਦਾ ਰੇਟ 3500-3700 ਇੱਥੇ ਤੱਕ ਲੱਗਿਆ ਸੀ। ਅਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਸਮਤੀ ਜਿਹੜਾ ਝੋਨਾ ਹੋਵੇਗਾ ਉਹਦਾ 3000 ਤੋਂ ਰੇਟ ਉੱਪਰ ਹੀ ਬਣਿਆ ਰਹੇਗਾ। ਜੇਕਰ 3500-3700 ਵੀ ਲੱਗੀ ਜਾ ਰਿਹਾ ਤਾਂ ਵੀ ਬਹੁਤ ਹੀ ਵਧੀਆ ਆ, ਤਾਂ ਇਹ ਰੇਟ ਬਹੁਤ ਹੀ ਵਧੀਆ ਹੁੰਦੇ ਨੇ। ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਵਾਢੀ ਹੋ ਚੁੱਕੀ ਆ ਅਤੇ ਉਹਨਾਂ ਨੇ 1509 ਵੱਢ ਲਈ ਸੀ। ਮਾਨਸਾ ਦੇ ਵਿੱਚ ਵੀਡੀਓ ਯੂਟਿਊਬ 'ਤੇ ਬਹੁਤ ਜ਼ਿਆਦਾ ਆ ਰਹੀਆਂ ਨੇ ਅਤੇ ਹੁਣ ਉਹ ਦੁਬਾਰਾ ਫਿਰ ਬਾਸਮਤੀ ਝੋਨਾ 1509 ਦੁਬਾਰੇ ਰਿਪੀਟ ਫਿਰ ਲਗਾ ਦੇਣਗੇ। ਬਹੁਤ ਵਧੀਆ ਗੱਲ ਆ, ਹੈ ਨਾ। ਇੱਕ ਸਮੇਂ ਦੇ ਵਿੱਚ ਦੋ ਫਸਲਾਂ ਲੈ ਲੈਣੀਆਂ ਅਤੇ ਪ੍ਰਾਪਤੀ ਆ, ਪਰ ਇਹ ਪਹਿਲਾਂ 60 ਲੱਗਦੀ ਹੁੰਦੀ ਸੀ, ਆਪਣੀ ਪਿਛਲੀ ਪੀੜ੍ਹੀ ਲਾ ਦਿੰਦੀ ਸੀ, ਹੁਣ ਮੇਰੇ ਵਾਲੀ ਪੀੜ੍ਹੀ ਤਾਂ ਨਹੀਂ ਲਾਵੇਗੀ 60। ਅਤੇ ਉਦੋਂ ਤੋਂ ਦੋ ਵਾਢੀਆਂ ਝੋਨੇ ਦੀਆਂ ਲਈਆਂ ਜਾਂਦੀਆਂ ਸੀ ਵੀ ਇੱਕ ਵਾਰੀ ਝੋਨਾ ਲਾਉਣ ਤੋਂ ਬਾਅਦ ਦੁਬਾਰੇ ਝੋਨਾ ਫੇਰ ਲਗਾ ਦਿੱਤਾ ਜਾਂਦਾ ਸੀ, ਪਰ ਉਹ ਗਲਤ ਸੀ ਕਿਉਂਕਿ ਬਹੁਤ ਹੀ ਪਾਣੀ ਦਾ ਉੱਥੇ ਲੈਵਲ ਆ, ਉਹਨਾਂ ਨੇ ਉਹੀ ਝੋਨੇ ਨੇ ਪਾਣੀ ਦਾ ਲੈਵਲ ਆਪਣੀ ਜ਼ਮੀਨ ਵਿੱਚੋਂ ਨੀਵਾਂ ਕਰਿਆ। ਪਰ ਜਿਹੜਾ ਬਾਸਮਤੀ ਝੋਨਾ ਇਹ ਤਾਂ ਹੁਣ ਕੀ ਲੱਗਿਆ ਸੀ 15 ਜੂਨ ਤੋਂ ਪਹਿਲਾਂ ਤਾਂ ਕਿਤੇ ਗੌਰਮੈਂਟ ਨੇ ਲੱਗਣੇ ਦਿੱਤਾ 15 ਜੂਨ ਇਹਨੂੰ ਲਗਾਉਣ ਦੀ ਡੇਟ ਜਿਹੜੀ ਕਿ ਦਿੱਤੀ ਗਈ ਸੀ। ਚਲੋ ਖੈਰ, ਆਪਾਂ ਆਪਣੀ ਵੀਡੀਓ ਵੱਲ ਰੁੱਖ ਕਰਦੇ ਹਾਂ। ਜਿਹੜੀਆਂ ਕਿ ਬਾਸਮਤੀ ਉੱਪਰ ਆਪਾਂ ਐੱਨ ਪੀ ਕੇ ਸਪਰੇਹਾਂ ਕਰ ਸਕਦੇ ਹਾਂ, 13045 ਹੋ ਗਈ, 52-34 ਹੋ ਗਈ, ਉਹਨਾਂ ਸੰਬੰਧੀ ਅੱਜ ਦੀ ਵੀਡੀਓ ਸੀ ਆਪਣੀ। 52-34 ਬਹੁਤ ਵਧੀਆ ਸਪਰੇ ਆ, 13045 ਵੀ ਵਧੀਆ ਸਪਰੇ ਆ, ਅਤੇ ਇਹ 1 ਕਿਲੋ 1 ਏਕੜ ਦੀ ਆਪਾਂ ਝੋਨੇ ਦੇ ਉੱਪਰ ਕਰ ਸਕਦੇ ਹਾਂ, ਜਾਂ 100 ਲੀਟਰ ਪਾਣੀ ਦੇ ਵਿੱਚ 1 ਕਿਲੋ ਪਾ ਕੇ ਕਰ ਸਕਦੇ ਹਾਂ। ਜੇਕਰ ਆਪਾਂ ਪਾਣੀ ਵੱਧ ਕੱਢ ਸਕਦੇ ਹਾਂ, 200 ਲੀਟਰ ਪਾਣੀ ਕਿੱਲੇ ਉੱਪਰ ਕੱਢ ਸਕਦੇ ਹਾਂ, ਤਾਂ ਆਪਾਂ ਐੱਨ ਪੀ ਕੇ 2 ਕਿਲੋ ਵੀ ਪਾ ਸਕਦੇ ਹਾਂ। ਪਰ ਦੋਸਤੋ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ, ਬਹੁਤ ਕਿਸਾਨ ਭਰਾ ਦੀਆਂ ਇਹ ਬਹੁਤ ਜ਼ਿਆਦਾ ਸਮੱਸਿਆ ਆਉਂਦੀਆਂ ਨੇ। ਉਹ ਕਹਿੰਦੇ ਅਸੀਂ ਐੱਨ ਪੀ ਕੇ ਦੀ ਸਪਰੇ ਕਰੀ ਸੀ ਅਤੇ ਸਾਡੇ ਉੱਪਰੋਂ ਝੋਨੇ ਦੇ ਪੱਤੇ ਇੰਨੇ ਇੰਨੇ ਲਾਲ ਹੋ ਗਏ। ਉੱਥੇ ਲਾਲ ਹੋਣ ਦਾ ਕਾਰਨ ਦੋ ਬਣਦੇ ਨੇ। ਪਹਿਲਾ ਕਾਰਨ ਤਾਂ ਇਹ ਬਣਦਾ ਵੀ ਪਾਣੀ ਘੱਟ ਪਾਇਆ ਜਾਂਦਾ ਅਤੇ ਦਵਾਈ ਜ਼ਿਆਦਾ ਪੈ ਜਾਂਦੀ ਆ, ਭਾਵ ਕਿ ਉਹ 150 ਲੀਟਰ ਪਾਣੀ ਪਾਉਂਦੇ ਨੇ, ਉਹਦੇ ਵਿੱਚ 2 ਕਿਲੋ ਐੱਨ ਪੀ ਕੇ ਪਾ ਦਿੰਦੇ ਨੇ ਅਤੇ ਦਵਾਈ ਦੀ ਡੋਜ਼ ਜ਼ਿਆਦਾ ਹੋਣ ਕਰਕੇ ਪੱਤੇ ਲਾਲ ਹੋ ਜਾਂਦੇ ਨੇ। ਅਤੇ ਦੂਜਾ ਕਿਸਾਨ ਭਰਾ, ਉਹ ਕਾਰਨ ਇਹ ਬਣਦਾ ਵੀ ਜਿੱਥੇ ਸਪਰੇਅ ਕਰਦੇ ਸਮੇਂ ਫਾਂਟ 'ਤੇ ਫਾਂਟ ਚੜ੍ਹ ਜਾਂਦੀ ਆ, ਇਹ ਗੱਲ ਦਾ ਧਿਆਨ ਰੱਖਿਓ। ਹਾਂ, ਕੁਦਰਤੀ ਚੜ੍ਹ ਸਕਦੀ ਆ, ਹੈ ਨਾ, ਕਿਉਂਕਿ ਨਿਊਜ਼ਲ ਦਾ ਕਦੇ ਵੀ ਇੱਕ ਰੁੱਖ ਨਹੀਂ ਹੋ ਸਕਦਾ, ਪਰ ਕੋਸ਼ਿਸ਼ ਕਰਿਓ ਵੀ ਫਾਂਟ 'ਤੇ ਫਾਂਟ ਨਾ ਚੜ੍ਹੇ ਤਾਂ ਜੋ ਆਪਣੇ ਝੋਨੇ ਨੂੰ ਐੱਨ ਪੀ ਕੇ ਦਾ ਧੱਕਾ ਨਾ ਲੱਗੇ। ਦੋਸਤੋ ਹੁਣ ਇਸ ਤੋਂ ਇਲਾਵਾ ਜਿਹੜੇ 2 ਐੱਨ ਪੀ ਕੇ ਦਾ ਮੈਂ 13045-52-34 ਦੱਸ ਦਿੱਤੇ, ਬਹੁਤ ਵਧੀਆ ਨੇ। ਇਹਨਾਂ ਵਿੱਚ ਪੋਟਾਸ਼ੀਅਮ ਵੀ ਆ, ਫਾਸਫੋਰਸ ਵੀ ਆ ਅਤੇ ਥੋੜ੍ਹਾ ਜਿਹਾ ਨਾਈਟ੍ਰੋਜਨ ਵੀ ਹੁੰਦਾ ਆ। ਨਾਈਟ੍ਰੋਜਨ ਵੀ ਹੁਣ ਝੋਨੇ ਨੂੰ ਮਿਲ ਜਾਵੇ ਜਦੋਂ ਭੂਗੋਲੇ 'ਤੇ ਆ, ਨਸਾਰੇ ਤੋਂ ਪਹਿਲਾਂ ਭੂਗੋਲੇ 'ਤੇ ਜਦੋਂ ਤੁਹਾਡਾ ਝੋਨਾ ਆ ਨਾਈਟ੍ਰੋਜਨ ਥੋੜ੍ਹਾ ਜਿਹਾ ਮਿਲ ਜਾਵੇ ਤਾਂ ਚੰਗੀ ਗੱਲ ਆ। ਵਿੱਚ ਕਿਸਾਨ ਭਰਾ ਯੂਰੀਏ ਦਾ ਵੀ ਛਿੱਟਾ ਲਾ ਦਿੰਦੇ ਨੇ ਥੋੜ੍ਹਾ ਜਿਹਾ, ਪਰ ਐਂ ਨਹੀਂ ਹੈਗਾ ਵੀ ਹੱਥ ਗੋਲ ਕੇ ਯੂਰੀਆ ਜਿਵੇਂ ਪਹਿਲਾਂ ਥੇਲਾ ਪਾਇਆ ਸੀ ਉਵੇਂ ਹੀ ਪਾ ਦਿਉ, ਨਹੀਂ। ਜੇ ਕਿਸੇ ਨੇ ਨਾਈਟ੍ਰੋਜਨ ਯੂਰੀਏ ਦੇ ਰਾਹੀਂ ਦੇਣਾ ਤਾਂ ਕਿਲੋ 1 ਕਿਲੇ ਦਾ 10 ਕਿਲੋ ਯੂਰੀਆ ਲਗਾ ਸਕਦੇ ਹੋ, 10 ਕਿਲੋ ਤੋਂ ਜ਼ਿਆਦਾ ਨਾ ਲਾਇਓ, ਉਹ ਵੀ ਸਿਰਫ ਬਾਸਮਤੀ ਜਾਂ PR 126 ਲਈ, ਹੋਰ ਕਿਸੇ ਵਰਾਇਟੀ ਲਈ ਨਹੀਂ ਹੈਗਾ, ਸਿਰਫ PR 126 ਅਤੇ ਬਾਸਮਤੀ ਜਿਹੜੀ 1509-1847 ਆ, ਜਾਂ ਤੁਹਾਡੀ ਮੁੱਛਲ ਹੈਗੀ ਆ, ਜਾਂ 1121 ਹੈਗੀ ਆ, ਠੀਕ ਆ। PU 44 ਨੂੰ ਕਦੇ ਵੀ ਨਸਾਰੇ ਤੋਂ ਪਹਿਲਾਂ ਯੂਰੀਆ ਨਾਲ ਲਗਾਇਓ, ਉੱਥੇ ਕੰਮ ਦੀ ਇਹ ਚੀਜ਼ ਦੀ ਗੜਬੜ ਹੋ ਜਾਣੀ ਆ, ਇਹ ਗੱਲਾਂ ਧਿਆਨ ਵਿੱਚ ਦੋਸਤੋ ਰੱਖਦੇ ਰਹੋ। ਅਤੇ ਦੋਸਤੋ ਜਿਹੜੀ ਅਗਲੀ ਗੱਲ ਸੀ, ਸਭ ਤੋਂ ਮੇਨ ਗੱਲ ਆ, ਉਹ ਹੈ ਕਿ ਨਿਰਭਰ ਕਰਦਾ ਆਪਣਾ ਮੌਸਮ ਆ। ਜੇਕਰ ਤੁਹਾਡਾ ਮੌਸਮ ਵਧੀਆ ਤਾਂ ਤੁਹਾਡਾ ਝੋਨਾ ਜ਼ਰੂਰ ਜ਼ਿਆਦਾ ਵਧੀਆ ਨਿਕਲੇਗਾ, ਇਸ ਲਈ ਮੌਸਮ ਵੀ ਸਭ ਤੋਂ ਜ਼ਿਆਦਾ ਨਿਰਭਰ ਕਰਦਾ। ਝੋਨੇ ਤੋਂ ਆਪਾਂ ਜੇ ਵੱਧ ਝਾੜ ਲੈਣੇ ਤਾਂ ਕਿਹੜੇ ਕਿਹੜੇ ਆਪਾਂ ਤਰੀਕਿਆਂ ਦੇ ਨਾਲ ਰਹਿ ਸਕਦੇ ਹਾਂ। ਅਤੇ ਦੋਸਤੋ ਹੁਣ ਐੱਨ ਪੀ ਕੇ ਦੀ ਸਪਰੇਅ ਹੋਗੀ 1, ਜੇ ਤੁਸੀਂ ਸਿੰਗਲ ਕਰ ਦਵੋ ਬਹੁਤ ਵਧੀਆ ਰਿਜ਼ਲਟ ਮਿਲਣਗੇ। ਪਰ ਕਿਸਾਨ ਭਰਾ ਕੀ ਕਰਦੇ ਨੇ, ਫੰਗੀਸਾਈਡ ਹੋਗੀ, ਤੇਲੇ ਵਾਲੀ ਹੋਗੀ, ਸੁੰਡੀ ਵਾਲੀ ਹੋਗੀ, ਠੀਕ ਹੈ ਜੀ। ਫੰਗੀਸਾਈਡ, ਤੇਲੇ ਵਾਲੀ ਅਤੇ ਸੁੰਡੀ ਵਾਲੀ ਤਿੰਨ ਤਾਂ ਕਰਦੀ ਨੇ, ਹੈ ਨਾ, ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਵੀ ਤੁਸੀਂ 3 ਮਿਲਾ ਸਕਦੇ ਹੋ, 3 ਸਪਰੇ ਹਾਸ ਵਿੱਚ ਘੁਲਣਸ਼ੀਲ ਨੇ, ਪਰ ਉਹਦੇ ਵਿੱਚ ਐੱਨ ਪੀ ਕੇ ਪਾ ਦਿੰਦੇ ਨੇ। ਦੋਸਤੋ ਐੱਨ ਪੀ ਕੇ ਇਹ ਚੀਜ਼ਾਂ ਤੋਂ ਜੇ ਤੁਸੀਂ ਵੱਖਰਾ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਜ਼ਿਆਦਾ ਵਧੀਆ ਮਿਲਣਗੇ। ਦੁਬਾਰੇ ਢੋਲੀ ਚੱਕਣੀ ਬਹੁਤ ਮੁਸ਼ਕਲ ਆ, ਮੈਨੂੰ ਪਤਾ, ਜਿਹੜਾ ਨੇ ਕਿਰਾਏ 'ਤੇ ਕਰਾਉਣੀ ਆ ਉਹਨਾਂ ਨੂੰ ਖਰਚਾ ਵੀ ਡਬਲ ਪੈ ਜਾਣਾ, ਪਰ ਜੇਕਰ ਤੁਸੀਂ ਐੱਨ ਪੀ ਕੇ ਦੀ ਸਪਰੇ ਵੱਖਰੀ ਕਰ ਲਵੋ ਤਾਂ ਤੁਹਾਨੂੰ ਰਿਜ਼ਲਟ ਜ਼ਿਆਦਾ ਮਿਲਣਗੇ। ਐੱਨ ਪੀ ਕੇ ਤੋਂ ਇਲਾਵਾ ਤੁਸੀਂ ਇਹ ਸਪਰੇ ਦੀ ਜਗ੍ਹਾ 'ਤੇ ਇੱਕ ਲਿਕੁਇਡ ਫਾਰਮ ਦੇ ਵਿੱਚ ਪੋਟਾਸ਼ ਆਉਂਦਾ, ਉਹਦੀ ਵੀ ਸਪਰੇ ਕਰ ਸਕਦੇ ਹੋ,
कार्बन जिंक लोहा ये चीजा के भी एक मिश्रण जो आते हैं वो भी तुम स्परे कर सकते हो, पर कला ही पाओ नाल फंगीसाइड तेला ज सूडी वाली ये चीज़ा इन्ना चटनी कुट कुट के स्परे ना करो, कली कली स्परे कर दो तो रिजल्ट ज़्यादा वधिया मिलेंगे। तो दोस्तों फंगीसाइड की स्परे भी हुण काम बहुत वधिया करेगी, फंगीसाइड बहुत ही जरूरी है, बासपति झोने नूं तां फंगीसाइड बहुत जरूरी है, मैं पिछली वीडियो भी दस्या सी फसलों के लिए भी फंगीसाइड घ्यो का काम करता है, तो फंगीसाइड की स्परे जरूर करया करो, नटीवो कर लो बहुत ही वधिया रिजल्ट ने, उहदे विच टोबू कोनाजोल पाया जाता जिहड़ा कि 50% हुंदा आ, कस्टूडियो 18.8 हुंदा आ, कस्टूडियो कर लो वह भी बहुत वधिया, अडामा की जिहड़ी कस्टूडियो वह कर लो, चाहे मेन गल तां टोबू कोनाजोल ने करना है, टोबू कोनाजोल जिन्ना वधिया साल्ट आ उन्ना कोई होर मैनूं लगदा कोई हो ही नहीं सकदा। चलो खैर होर भी है ने, पर आपां फेवरेट लगन लग जाता ना भी आई साल्ट वधिया तां आपां इहदी ही स्प्रे करिए। तो बाकी गल रही चैस की, चैस कर लो तुसी उहदा चाहे साल्ट आपां किसे होर च कर लो, पे मैट्रोजाइन 50% हुंदा उहदे विच, पे मैट्रोजाइन तुहानूं होर बहुत सारियां कंपनियां च मिल जाएगा, वह वाला साल्ट तुसी वख्खरियां कंपनियां लैके भी कर सकते हो, क्योंकि इस बार मार्केट में बाय नेम चैस आ जिहड़ी सिंजेंटा की नहीं मिल रही, बहुत औखी मिल रही है, क्योंकि नटीवो होगी चैस होगी तो फेम होगी, तिना के रेट हुण वध के आउणे ने, दुकानदारां कोले जिहड़ा रेट दे रहे ने उह पिछला स्टॉक हो सकदा उत्ते भी घट रेट ते दे रहे ने, पर इहनां दे रेट हुण वध के ही आउणगे, जेकर तुसीं नहीं खरीदियां तां जल्दी खरीद लो क्योंकि इहनां दे रेट इहनां दे वध के ही आउणे ने। ते दोस्तो बाकी गल रही फेम जिहड़ा कि आपां पहलां भी कहा सी, फेम बहुत वधिया स्प्रे आ, कोराजिन भी करी जा रहे ने है ना, तो बाकी टाटा डुकूमो भी करी जा रहे, टाटा डुकूमी बहुत वधिया स्प्रे आ, सुंडी तो कोई भी स्प्रे करो तो जरूर करो, तो हुण टाइम आ चुके आ ते ए चीज़ां स्प्रे करन दा, बांसपति वाले खास करके, क्योंकि जेकर तुहाडी जीरी निसर रही आ तुसी निसरी हुई जीरी दे विच कदे ना वड़ियो, जब तक उहदा सिट्टा उपर नूं रहेगा उदों स्प्रे ना करियो किसान भरावो, ग्रेज करियो, जब तक उहदा सिट्टा मुंजना हेठां नूं नहीं मुड़दियां ऐ उदों तक ही स्प्रे दुबारे करनी आ, इसलिए हुण सिट्टा निकलण तो पहला स्प्रे कर दवो तां तुहानूं बहुत ही वधिया रिजल्ट मिलणगे। दोस्तों मेरे पिछे PR 126 आ, तो आप अक्सर ज़्यादा वीडियो इत्थे बनाउणे हुंदे आ, तुहानूं मैं दसदा भी हुंदा, तो यह दिखाउण दा मकसद यही हुंदा भी PR 126 देख लो, किहड़ा मर्जी झोना अपनी इत्थे फसल होवे भी वधिया हो रही आ, तो बैकग्राउंड आई वारी अपना चेंज हुंदा रहिंदा, नहीं तां बैकग्राउंड सेम ही रहे उहदा कोई फायदा नहीं गा, बैकग्राउंड आई वारी तुहानूं नवां मिलदा, तो यदा तुम देख सकते हो भी यह अपनी 5 जुलाई की लगी हुई है, तो अज 17 अगस्त हो चुकी है, तो बहुत वधिया रिस्पोंस मिल रहा, देख लो तो बहुत वधिया जीरी खड़ी है, एक्ति तो जीरी वर्गी कदे जीरी हुई हो नहीं, तो सारे दे जीरियां वधिया होणगियां, वाहेगुरु जी कृपा बना के रखना सारे दे झोने इस बार वधिया होण, तो सारी मैं तो कहना 100 मण तक निकले हुण, तो पूसा 44 का एक्ति उम्मीद हैगी भी 100 मण की कढ़ांगे, हुण मैनूं विच कहणगे भी 100 मण का झोना कित्थे निकलदा, निकलिया दोस्तों 100 मण तक, 100 मण का झोना जरूर निकलिया, पूसा 44 एक्ति कढ़ांगे 100 मण की, बाकी जे परमात्मा मेहर बनाई रखे। तो दोस्तों पिछे जिहड़ी पहलां आपां स्प्रे करी सी बहुते ने फेम करी आ, बहुते ने पदान पाई आ, आपां पदान भी पाई आ की खेतां दे विच, ते तुहानूं आउण वाले समें च उहदे रिजल्ट भी दिखा देंगे भी पदान दे की रिजल्ट ने, स्प्रे दे की रिजल्ट ने, दोनों चीज़ां वधिया ने, पर पदान थोड़ी जहरीली वधदा ये गल नाल आपां एग्री आ है ना, नहीं पाउणी चाहीदी पदान, ते आपां ने ट्रायल वजों पाई भी आ, ते आपणी जिहड़ी पिछे PR 126 आ इहदे विच भी आपां पदान पाई आ, तो वधिया खड़ी आ, पर जिहड़ी स्प्रे कीती हुई उत्थे भी वधिया खड़ी आ, दोहां विच कोई वाला फर्क नहीं हैगा, तो दोनों जीरियां वधिया ने, तो तुसीं भी कमेंटा विच जरूर दस्सो भी पदान जिन्होंने पाई आ पदान का कोई वक्खरा रिस्पोंस रिजल्ट मिले स्प्रे नालों, पदान का ज़्यादा रिजल्ट मिल रहे हैं या स्प्रे के ज़्यादा रिजल्ट मिल रहे हैं। तो दोस्तों इस तों अलावा जेकर तुहाडे झोने नूं किसी होर तरह दी समस्यावां आ रही ने तो अपने दिते हुए वट्सअप ते तुसीं कॉन्टैक्ट कर सकते हो, वीडियो बना के झोने की सेंड कर दिया करो, फोन कॉल ना करा करो, इन्नी फोन कॉल अटेंड नहीं हो पाउंदी, बहुत आउंदियां ने डेली दियां, तो अपने वट्सअप नंबर से तुसीं वीडियो बना के सेंड कर दिया करो, आपां तुहाडे झोने नाल संबंधित सारियां समस्यावां दे हल करदे रहांगे। वीडियो वधिया लगी तो लाइक एंड शेयर जरूर करो, तो जिहड़े दोस्तों ने हाले तक अपने चैनल नूं फॉलो नहीं करिया तो फॉलो जरूर कर लिओ, धन्यवाद जी।